Tarsame Singh, ਜਿਹੜੇ ਸੀਗੇ ਇਹ ਯੂਕੇ ਦੇ, ਇਹਨਾਂ ਨੇ ਆਪਣੀ ਵਾਈਫ ਨੂੰ ਸਿਰ 'ਚ ਬੈਟ ਮਾਰ ਕੇ ਮਾਰ ਦਿੱਤਾ। ਵਾਈਫ ਇਹਨਾਂ 78 'ਤੇ ਸੀਗੇ, ਕਹਿੰਦੇ ਬਹੁਤ ਸਾਲਾਂ ਦਾ ਵਧੀਆ ਇਹਨਾਂ ਦਾ ਵਿਆਹ ਰਿਹਾ, ਕੋਈ ਇਸ਼ੂ ਨਹੀਂ ਸੀ, ਬੱਚਿਆਂ ਨੂੰ ਵੀ ਕੋਈ ਪਤਾ ਨਹੀਂ ਸੀਗਾ, ਬੱਚੇ ਅਤੇ ਗ੍ਰੈਂਡਕਿਡ ਸੀਗੇ। ਇਹਨਾਂ ਨੇ ਕਿੰਨੇ ਸਾਲ ਆਪਣਾ ਇੱਕ ਪੋਸਟਲ ਆਫਿਸ ਵੀ ਰਨ ਕੀਤਾ ਅਤੇ ਜਿੱਥੇ ਕਈ ਵਾਰੀ ਵਾਲੰਟੀਅਰ ਵੀ ਕਰਦੇ ਹੁੰਦੇ ਸੀਗੇ। ਕੋਈ ਪਤਾ ਨਹੀਂ ਕਿ ਕੀ ਗੱਲ ਹੋਈ ਕਿ ਇਹਨਾਂ ਨੂੰ ਲੱਗਿਆ ਕਿ ਆਪਣੀ ਵਾਈਫ ਨੂੰ ਮਾਰ ਦੇਣਾ ਚਾਹੀਦਾ। ਜੀ ਆਪਾਂ ਨੇ ਵਾਈਫ ਦੀ ਫੋਟੋ ਦੇਖੀ, ਕਿੰਨੇ ਕਿਊਟ ਕਪਲ ਸੀਗੇ, ਅਤੇ ਪਤਾ ਨਹੀਂ ਕੀ ਗੱਲ ਇਹਨੇ ਦਿਮਾਗ 'ਚ ਆਈ ਕਿ ਇਹਨੂੰ ਲੱਗਿਆ ਕਿ ਅੱਜ ਮੈਂ ਆਪਣੀ ਵਾਈਫ ਨੂੰ ਮਾਰ ਦਿੱਤਾ। ਅਤੇ ਜਦੋਂ ਮਾਰ ਦਿੱਤਾ ਇਹਨਾਂ ਨੇ ਜਾ ਕੇ ਨਾ ਪੁਲਿਸ ਸਟੇਸ਼ਨ ਜਾ ਕੇ ਦੱਸਤਾ ਕਿ ਮੈਂ ਆਪਣੀ ਵਾਈਫ ਨੂੰ ਮਾਰ ਦਿੱਤਾ ਹੈਗਾ, ਕਿ ਸਿਰ ਦੇ ਵਿੱਚ ਮੈਂ ਬੈਟ ਮਾਰੇ ਹੈਗੇ, ਅਤੇ ਸ਼ੀ ਇਜ਼ ਨੋ ਮੋਰ, ਅਤੇ ਮੁੜ ਕੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ। ਜਦੋਂ ਪੁਲਿਸ ਇਹਨਾਂ ਦੇ ਘਰ ਗਏ, ਉਹਨਾਂ ਨੇ ਦੇਖਿਆ ਕਿ ਫਲੋਰ 'ਤੇ ਇਹਨਾਂ ਦੀ ਵਾਈਫ ਪਈ ਹੋਈ ਸੀ, ਅਤੇ ਕਾਫੀ ਬਲੱਡ ਸੀਗਾ ਵਾਲਸ ਅਤੇ ਕਾਰਪਟ ਦੇ ਉੱਤੇ। 3-story ਹਾਊਸ ਸੀਗਾ ਇਹਨਾਂ ਦਾ ਜਿੱਥੇ ਇਹਨਾਂ ਦਾ ਮਰਡਰ ਹੋਇਆ। ਮਰਡਰ ਕਰਨ ਦੀ ਉਹਨਾਂ ਨੇ ਕੋਈ ਰੀਜ਼ਨ ਦੱਸੀ ਨਹੀਂ ਕਿ ਕਿਸ ਗੱਲ ਪਿੱਛੋਂ ਇਹਨਾਂ ਨੇ ਉਹਨੂੰ ਇੱਦਾਂ ਬੈਟ ਦੇ ਨਾਲ ਕੁੱਟ ਕੁੱਟ ਮਾਰ ਦਿੱਤਾ। ਸੋ ਜੋ ਇਹਨਾਂ ਨੇ ਕਰਤੀ ਸੀ ਆਟੋਪਸੀ, ਉਹਦੇ 'ਤੇ ਲਿਖਿਆ ਸੀਗਾ ਕਿ ਰੀਜ਼ਨ ਆਫ ਡੈਥ ਵਾਜ ਕਿ ਉਹਨਾਂ ਨੇ ਬਲੰਟ ਫੋਰਸ ਟਰਾਮਾ, ਜੋ ਸਿਰ 'ਚ ਉਹਨਾਂ ਨੇ ਬੈਟ ਵਜੇ, ਅਸਲੀ ਉਹਨਾਂ ਦੀ ਮੌਤ ਹੋ ਗਈ। ਰੂਬੀ ਪਾਸੀ ਫਰੋਮ ਸੀਐਟਲ, ਵਾਸ਼ਿੰਗਟਨ।